मैं तेन पी के बहा देना। नहीं मंगाया था मेरे लिए, क्यों पीना वो खो दिया है कड़ा मिठा वा। नहीं मंगाई जिन्हें है ना बच्चे दो ही अच्छे मतलब कि मंगाई देखना होता नहीं जी दो करके ही हुए सात अठ भाभी हर साल जोड़ा ही देंदी ਚਿਮਣੀਆਂ ਗਰੋਥ ਵਾਸਤੇ ਜੀ ਆਇਲ ਆਇਆ ਵਾ ਕਸਟਰ ਆਇਲ ਚਿਲਤਨ ਪਿਓਰ ਦਾ ਕਸਟਰ ਆਇਲ ਆਈ ਲੈਸ਼ ਵਾਸਤੇ ਤਾਂ ਕਿ ਇਹਨਾਂ ਦੀ ਗਰੋਥ ਹੋਵੇ ਪਲਕਾਂ ਜ਼ਿਆਦਾ ਵੱਡੀਆਂ ਨਾ ਵੱਡੀਆਂ ਹੋ ਜਾਣ ਗੋਕੇ ਬੰਦੇ ਅੱਗੇ ਆ ਜਾਣ ਸਾਰੀਆਂ ਨਹੀਂ ਅੱਗੇ ਕਿਹੜਾ ਕਈ ਹੁੰਦਾ ਉਹਨਾਂ ਦੇ ਵਿਚਾਰੇ ਦੀਆਂ ਉੱਡੀਆਂ ਹੁੰਦੀਆਂ ਉਹ ਲਾਉਂਦੀਆਂ ਨਾ ਕੁੜੀਆਂ ਇੰਜ ਕਰਕੇ ਉਹ ਨਵੀਂ ਆਹੋ ਉਹ ਫਿਰ ਤਾਂ ਕਿ ਅੱਖ ਉਹਦੇ ਨਾਲ ਮੋਟੀ ਲੱਗਦੀ ਮੋਟੀ ਲੱਗਦੀ ਆ ਫਿਰ ਲਾ ਵੀ ਲੈਂਦੀਆਂ ਇਹ ਤੇਰੀ ਅੱਖ ਤੇ ਮੈਨੂੰ ਉਹ ਚੱਲ ਰਹਿਣ ਦੇ ਯਾਰ ਅੱਖ ਨਾ ਕੋਈ ਚਪਕਾਵੇ ਮੋਬਾਈਲ ਨੂੰ ਪੜਥੂ ਪਾਵੇ ਇਹਨੂੰ ਹਰ ਵੇਲੇ ਵੇਖੀ ਜਾਵੇ ਲਬੇਲਾ ਟੀਵੀ ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ ਸਾਰੀ ਦੁਨੀਆ ਗਈ ਇਹਨੂੰ ਮਾਨੇ ਇਹ ਚੈਨਲ ਨੰਬਰ 1 ਏ ਲਬੇਲਾ ਟੀਵੀ ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਓਹ ਲਬੇਲਾ ਏ ਰਜ਼ੀ ਪੁੱਤਰ ਪਾਰਟੀ ਆ ਰਹੀ ਆ 10 ਵਜੇ ਉਹਨਾਂ ਨੂੰ ਆ ਤਾਜਪੁਰੇ ਘਰ ਵਿਖਾਉਣਾ ਉਹ ਚੌੜੀ ਗਲੀ ਵਾਲਾ ਜਿਹਦੇ ਅੱਗੇ ਪਾਰਕ ਆ ਆਹੋ ਅਤੇ ਉਹ ਗਿਰਵੀ ਵਾਲੇ ਆਏ ਸੀ ਉਹ ਕੀ ਕਹਿੰਦੇ ਆ ਉਹ ਕਹਿੰਦੇ ਆਪਣਾ ਸਲੀਮ ਭਾਈ ਅਸੀਂ 2 ਦਿਨ ਬਾਅਦ ਆਵਾਂਗੇ ਚਲੋ ਕੋਈ ਨਹੀਂ ਆਉਣ ਤਾਂ ਫਿਰ ਉਹਨਾਂ ਨੂੰ ਵੀ ਵੇਖ ਲਈ 2-3 ਘਰ ਹੈਗੇ ਉਹਨਾਂ ਨੂੰ ਵਹਾ ਦੇ ਅਤੇ ਉਹ ਮੁਸ਼ਤਾਕ ਸਾਹਿਬ ਕਹਿੰਦੇ ਸੀ ਘਰ ਵੇਚਣਾ ਕੋਈ ਗੱਲ ਸਹੀ ਨਹੀਂ ਹੁੰਦੀ ਮਨਹੂਸ ਹੀ ਆ ਤੂੰ ਵੀ ਚਲੋ ਠੀਕ ਆ ਕੋਈ ਐਸੀ ਗੱਲ ਨਹੀਂ ਅਸਲਾਮ ਵਾਲੇਕੁਮ ਭਾਈ ਬੂਆ ਖੋਲ ਦਿਓ ਇੱਧਰ ਨੂੰ ਖੋਲੋ ਹਾਂਜੀ ਅੰਦਰ ਨੂੰ ਖੋਲੋ ਬੰਦ ਹੁੰਦਾ ਹੁੰਦਾ ਜੀ ਅੰਦਰ ਨੂੰ ਨਹੀਂ ਨਹੀਂ ਖੋਲਦੇ ਜ਼ਰਾ ਹਵਾ ਆਏਗੀ ਭਾਈ ਜੀ ਉਹ ਏਸੀ ਜ਼ਰਾ ਖਰਾਬ ਹੋਇਆ ਸਾਡਾ ਆ ਖੋਲ ਦਿਓ ਮੇਰਾ ਭਰਾ ਥੋੜ੍ਹੀ ਜੀ ਭਾਜੀ ਬਾਹਰ ਨੂੰ ਖੁੱਲਦਾ ਵਾ ਭਾਜੀ ਨਹੀਂ ਅੰਦਰ ਨੂੰ ਵੀ ਖੁੱਲਦਾ ਖੋਲੋ ਹਰ ਪਾਸੇ ਖੁੱਲਦਾ ਹੈ ਨਹੀਂ ਮੈਂ ਕੰਮ ਆਇਆ ਸੀ ਤੁਸੀਂ ਹੋਰ ਖੋਲੋ ਹੈ ਜੀ ਫੁੱਲ ਜ਼ੋਰ ਲਾਓ ਨਾ ਉਹ ਭਾਈ ਖੋਲ ਦੇ ਥੋੜ੍ਹਾ ਜਿਹਾ ਇੱਥੇ ਰਹਿਣ ਦੇ ਹਾਂਜੀ ਹਾਂਜੀ ਘਰ ਹੈ ਗਏ ਭਾਜੀ ਵੇਖ ਲਓ ਆ ਕੇ ਆਓ ਤੁਸੀਂ ਨਾਲ ਆ ਜਾਣਾ ਦਿਖਾ ਦਿੰਦੇ ਹਾਂ ਘਰ ਪਲਾਟ ਵੀ ਹੈਗੇ ਸਾਡੇ ਕੋਲ ਇਸ ਟਾਈਮ ਨਹੀਂ ਮਾਸ਼ਾਅੱਲਾ ਕੰਮ ਬਿਹਤਰ ਹੋ ਗਿਆ ਜੀ ਪ੍ਰਾਪਰਟੀ ਇੱਕ ਵਾਰੀ ਫੇਰ ਨਾ ਥੋੜ੍ਹਾ ਜਿਹਾ ਆਹ ਰਿਲੀਫ ਦਿੱਤੀ ਆ ਗੌਰਮੈਂਟ ਨੇ ਅੱਲਾ ਉਹਨਾਂ ਦਾ ਭਲਾ ਕਰੇ ਹੋਰ ਦੇਣੀ ਚਾਹੀਦੀ ਹੈ ਚਲੋ ਠੀਕ ਆ ਜੀ ਹਾਂਜੀ ਭਾਜੀ ਭਾਈ ਉਹ ਘਰ ਦੇ ਸਿਲਸਿਲੇ ਚਾਹੀਦੇ ਸੀ ਉਹ ਬੱਚਿਆਂ ਵਾਸਤੇ ਘਰ ਚਾਹੀਦਾ ਹੈ ਘਰ ਬੱਚਿਆਂ ਵਾਸਤੇ ਹੁੰਦਾ ਭਾਈ ਹੋਰ ਤੂੰ ਬਤਕਾਂ ਰੱਖਣੀਆਂ ਉੱਥੇ ਘਰਾਂ 'ਚ ਬੱਚੇ ਹੀ ਰਹਿੰਦੇ ਆ ਮਿਲ ਜਾਏਗਾ ਮੁੱਲ ਚਾਹੀਦਾ ਨਹੀਂ ਮੁੱਲ ਗਿਰਵੀ ਹਾਂਜੀ ਕਿਹੜੇ ਤੁਸੀਂ ਮੁੱਲ ਵੀ ਹੁੰਦੇ ਸਾਡੇ ਕੋਲ ਨਵੇਂ ਘਰ ਵੀ ਹੁੰਦੇ ਆ ਗਿਰਵੀ ਵੀ ਹੁੰਦੇ ਆ ਕਿਰਾਏ ਵਾਸਤੇ ਵੀ ਹੁੰਦੇ ਆ ਪਲਾਟ ਵੀ ਹੈਗੇ ਆ ਅੱਛਾ ਜੀ ਹਾਂਜੀ ਅਤੇ ਗਿਰਵੀ ਦਾ ਭਾਜੀ ਕੀ ਹਿਸਾਬ ਹੁੰਦਾ ਗਿਰਵੀ ਦਾ ਭਾਜੀ ਹੁੰਦਾ ਵਾ 2 ਸਾਲ ਦਾ ਐਗਰੀਮੈਂਟ ਹੁੰਦਾ ਅੱਛਾ ਜੀ ਹਾਂ 5 ਲੱਖ ਤੀਕਰ ਵੀ ਲੱਭ ਜਾਂਦਾ 10 ਲੱਖ ਤੱਕ ਵੀ ਲੱਭ ਜਾਂਦਾ ਅਤੇ 2 ਸਾਲ ਫਿਰ ਤੁਸੀਂ ਰਹੋ ਹਾਂਜੀ ਉਹ ਫਿਰ ਭਾਜੀ ਉਹ 2 ਸਾਲ ਬਾਅਦ ਘਰ ਮੇਰਾ ਹੋ ਜੂਗਾ ਹੈ ਤੇਰਾ ਗਦਲੀ ਹੋ ਜੂ ਨਹੀਂ ਉਹ 2 ਸਾਲ ਵੀਰੇ ਤੂੰ ਕਿਰਾਇਆ ਨਹੀਂ ਦੇਣਾ ਉਹ ਇਹ ਸਹੂਲਤ ਆ ਉਹਦੀ ਜਦੋਂ ਲੇਖ ਲਿਖਾ ਹੋ ਗਿਆ ਤੇ ਫਿਰ ਉਹ ਮੇਰਾ ਹੀ ਆ ਜਦੋਂ ਬੰਦਾ ਕਹਿੰਦਾ ਪਲਾਟ ਭਾਈ ਲੇਖ ਲਿਖਾ ਹੋ ਗਿਆ ਤੇ ਹੁਣ ਤੇਰਾ ਹੀ ਆ ਉਹ ਲੇਖ ਲਿਖਾ ਹੁੰਦਾ ਐਗਰੀਮੈਂਟ ਭਾਜੀ ਕਿ 2 ਸਾਲ ਬਾਅਦ ਇਹਨੇ ਮਕਾਨ ਛੱਡਣਾ ਆਪਣੇ ਪੈਸੇ ਦੇ ਕੇ ਉਹਨਾਂ ਦੇ ਪੈਸੇ ਤੂੰ ਉਹਨਾਂ ਨੂੰ ਦੇ ਦੇਣੇ ਆ ਅਤੇ ਅੱਗੋਂ ਨਵਾਂ ਘਰ ਲੈ ਲਈ ਕਿਤੇ ਉਹਦੇ 'ਚ ਇਹ ਸਹੂਲਤ ਆ ਤੁਹਾਡੀ ਕਿ ਤੁਹਾਡਾ ਜਿਹੜਾ ਕਿਰਾਇਆ ਨਾ ਉਹ ਬਚਦਾ ਰਹੇਗਾ ਉਹ ਕੋਈ ਕਮੇਟੀ ਪਾ ਲਓ ਤੁਹਾਡੇ ਪੈਸੇ ਨਾਲ ਰਲ ਜਾਣਗੇ ਸਮਝੇ ਘਰ ਅਤੇ ਕਮੇਟੀ ਕਿਹਦੇ ਨਾਲ ਪਾਉਣੀ ਭਾਜੀ ਹੈਂਜੀ ਕਮੇਟੀ ਕਿਹਦੇ ਨਾਲ ਪਾਉਣੀ ਆ ਜਿਹਦੇ ਨਾਲ ਮਰਜ਼ੀ ਪਾ ਲਾ ਮੈਂ ਥੋੜ੍ਹਾ ਕਮੇਟੀਆਂ ਪਾਉਂਦਾ ਤੁਸੀਂ ਹੁਣ ਪ੍ਰਾਪਰਟੀ 'ਤੇ ਬੈਠੇ ਹੋ ਅਤੇ ਇਹ ਵੀ ਦੱਸੋ ਵੀ ਹੁਣ ਮੈਂ ਬਾਤਮਾਦ ਬੰਦਾ ਹੋਵੇ ਜਿਹਦੇ ਨਾਲ ਮੈਂ ਕਮੇਟੀ ਪਾ ਲਾਂ ਜਿਹੜਾ ਮੈਂ ਕੁਝ ਸਾਲ ਦੇ ਵਿੱਚ ਨਾ ਘਰ ਲੈ ਲਾਂ
ਆਪਣੀ ਮਿਹਨਤ ਉਹ ਭਾਜੀ ਤੁਹਾਡੀ ਆਪਣੀ ਮਿਹਨਤ ਆ ਤੁਸੀਂ ਬਚਤ ਕਰੋ ਤਾਂ ਘਰ ਲੈ ਜਾਂਦੇ ਵੈਸੇ ਤੇ ਮਹਿੰਗਾਈ ਬੜੀ ਬਚਤ ਤੇ ਹੋ ਹੀ ਨਹੀਂ ਰਹੀ ਨਹੀਂ ਮੈਂ ਕਰ ਰਿਹਾ ਮੈਂ ਸੇਵਿੰਗ ਨਾ ਇਹ ਕਮੇਟੀ ਜੋਗੇ ਭਾਜੀ ਮੈਂ ਕੱਢ ਲੂੰਗਾ ਤੁਸੀਂ ਮੈਨੂੰ ਬੰਦਾ ਇਤਮਾਦ ਵਾਲਾ ਦਿਓ ਜਿਹੜਾ ਮੇਰਾ ਸਾਲ ਬਾਅਦ ਨਾ ਘਰ ਬਣ ਜੇ ਮੈਂ 1,000 ਰੁਪਇਆ ਮਹੀਨਾ ਦੇਣ ਨੂੰ ਤਿਆਰ ਹਾਂ 1,000 ਰੁਪਇਆ ਕਮੇਟੀ ਪਾਉਣੀ ਤੂੰ ਹਾਂਜੀ ਮੈਂ ਕਹਿੰਦਾ ਇਹ ਬਣ ਗਿਆ ਘਰ ਤੇਰਾ 1,000 ਰੁਪਇਆ ਨਾਲ ਕਿਹੜਾ ਘਰ ਬਣ ਜਾਂਦਾ ਪੁੱਤਰ ਉਹ 1,000 ਰੁਪਇਆ ਤੂੰ ਪਾਏਗਾ ਕਮੇਟੀਆਂ ਮਤਲਬ ਵੱਧ ਤੋਂ ਵੱਧ 30,000 ਦੀ ਬਣ ਜੂ 40 ਦੀ ਬਣ ਜੂ 50 ਤੱਕ ਦੀ ਨਹੀਂ ਭਾਜੀ ਉਹ 5 ਲੱਖ ਨਾ ਬਹੁਤ ਜ਼ਿਆਦਾ ਵਾ ਮੇਰੇ 'ਚ ਨਾ ਇੰਨੀ ਗੁੰਜਾਇਸ਼ ਨਹੀਂ ਹੈਗੀ ਕੋਈ ਕਿਰਾਏ ਦਾ ਕਿਰਾਏ ਵਾਲਾ ਹੈਗਾ ਅਤੇ ਉਹ ਕਿਰਾਏ ਦੇ ਹੈਗੇ ਰਾਜੀ ਘਰ 2-3 ਹੈ ਨਹੀਂ ਘਰ ਬਿਲਕੁਲ ਤਾਜਪੁਰਾ 'ਚ ਅਤੇ ਮਿਲ ਜਾਏਗਾ ਜੀ ਕਿੰਨੇ ਕਾ ਜੀ ਇਹ ਰੂਟੀਨ ਦੇ ਹੀ ਹੈ ਜੀ ਜਿੰਨੇ ਚੱਲ ਰਹੇ ਅੱਜ ਕੱਲ੍ਹ ਉਨੇ ਹੀ ਹੈਂਜੀ ਰੂਟੀਨ ਦੇ ਕਿੰਨੇ ਚੱਲ ਰਹੇ ਗੌਰਮੈਂਟ ਵੱਲੋਂ ਕੋਈ ਐਲਾਨ ਹੋਇਆ ਨਹੀਂ ਵੀ ਬੱਚੇ ਹੀ ਆ ਫੈਮਿਲੀ ਆ ਜਿਹੜਾ ਕੋਈ ਕਦੀ ਗਿਣੇ ਨਹੀਂ ਬੱਚੇ ਨਹੀਂ ਭਾਜੀ ਵੀ ਬੇਫਾਰਮ ਬਣਿਆ ਵਾ ਬੱਚੇ ਫੈਮਿਲੀ ਜਿੰਨੀ ਕੁ ਅਤੇ ਉਹ ਬੇਫਾਰਮ ਦੇ ਦੇ ਮੈਂ ਸਮਝ ਜਾਵਾਂਗਾ ਕਿੰਨੇ ਜੀ ਹੈ ਉਹਦੇ 'ਤੇ ਜੀ ਲਿਖੇ ਹੁੰਦੇ ਆ ਹੈਗਾ ਬੇਫਾਰਮ ਕੋਲ ਭਾਈ ਤੁਸੀਂ ਮਕਾਨ ਦਿਓ ਕਿਰਾਏ 'ਤੇ ਚਲੋ ਜਿੰਨੇ ਵੀ ਘਰ ਦੇ ਅਫਰਾਦ ਆ ਅਸੀਂ ਆਪਣੇ ਬੱਚਿਆਂ ਵਾਸਤੇ ਹੀ ਲੈਣੇ ਆ ਭਾਈ ਜ਼ਿਆਦਾ ਜੀ ਹੋਣ ਨਾ ਤਾਂ ਘਰ ਨਹੀਂ ਦਿੰਦੇ ਅਗਲੇ ਛੋਟੀ ਜਿਹੀ ਫੈਮਿਲੀ ਵਾਸਤੇ ਇੱਕ ਹੋਰ ਘਰ ਹੁੰਦਾ ਵੱਡੀ ਫੈਮਿਲੀ ਲਈ ਹੋਰ ਹੁੰਦਾ ਹਾਂਜੀ ਉਸ ਤੋਂ ਵੱਡੀ ਲਈ ਹੋਰ ਹੁੰਦਾ ਨਹੀਂ ਨੋਰਮਲ ਹੀ ਆ ਫੈਮਿਲੀ ਭਾਜੀ ਲੇਕਿਨ ਇਹ ਆ ਵੀ ਨਹੀਂ ਉਹ ਲੱਗ ਹੀ ਰਹੀ ਨੋਰਮਲ ਆ ਫੈਮਿਲੀ ਘਰ ਜਿਹੜਾ ਵਾ ਨਾ ਉਹ ਇਸ ਤਰ੍ਹਾਂ ਦਾ ਹੋਵੇ ਹਾਂਜੀ ਵੀ ਜਿਹੜਾ ਨਾ ਉੱਤੇ ਛੱਤ ਨਹੀਂ ਹੁੰਦੀ ਛੱਤ ਖੁੱਲ੍ਹੀ ਹਾਂਜੀ ਹਾਂਜੀ ਉਹ ਲਾਜ਼ਮੀ ਭਾਈ ਰਜ਼ੀ ਉਹ ਲਾਜ਼ਮੀ ਹੋਣੀ ਛੱਤ ਕਾਹਦੇ ਲਈ ਭਾਜੀ ਖੈਰ ਉਹ ਮੇਰਾ ਜਿਹੜਾ 5ਵੇਂ ਤੋਂ ਨਿੱਕਾ ਮੁੰਡਾ ਵਾ ਨਾ ਹਾਂਜੀ ਹਾਂਜੀ ਉਹ ਬਸੰਤ ਦਾ ਬੜਾ ਸ਼ੌਕ ਆ ਨਾ ਗੁੱਡੀ ਉਡਾਉਂਦਾ ਵਾ ਅਤੇ ਉਹ ਫਿਰ ਮੈਂ ਵੀ ਨਾਲ ਬਸੰਤ ਦਾ ਕਿੰਨੇ ਸਾਲ ਹੋ ਗਏ ਰਹੀ ਨਹੀਂ ਗੌਰਮੈਂਟ ਨੇ ਬੰਦ ਕਰ ਦਿੱਤੀ ਆ ਤੇਰਾ ਮੁੰਡਾ ਹਜੇ ਵੀ ਗੁੱਡੀ ਉਡਾਉਂਦਾ ਚਲੋ ਬੈਨ ਖੁੱਲ੍ਹੇ ਹੀ ਗਏ ਨਾ ਕਿਤੇ ਹੁਣ ਤੈਨੂੰ ਪਤਾ ਬੱਚੇ ਨੂੰ ਨਹੀਂ ਪਿਓ ਨੂੰ ਫੜਦੇ ਆ ਤੈਨੂੰ ਪਤਾ ਡੋਰ ਦੇ ਨਾਲ ਕਿੰਨੇ ਲੋਕਾਂ ਦੇ ਬੱਚੇ ਅਤੇ ਜਾਨਾਂ ਗਈਆਂ ਤੂੰ ਗੁੱਡੀ ਉਡਾਉਂਦੇ ਆ ਬੱਚੇ ਛੱਤ 'ਤੇ ਆ ਉੱਥੇ ਕਿਹੜਾ ਵੈਗਨ ਲੰਘਣੀ ਨਹੀਂ ਭਾਈ ਇਹੋ ਜਿਹਾ ਘਰ ਨਹੀਂ ਹੈਗਾ ਉੱਠ ਇੱਥੋਂ ਤਾਂ ਮੇਰਾ ਭਰਾ ਚੱਲ ਗੁੱਡੀ ਵਾਲਾ ਘਰ ਸਰ ਦੱਸੀ ਤੈਨੂੰ ਕਿੱਥੋਂ ਦੇ ਦਈਏ ਨਹੀਂ ਮੈਂ ਭਾਈ ਤੁਹਾਨੂੰ ਗੁੱਡੀ ਉਡਾਉਣੀ ਮੇਰੀ ਗੱਲ ਹੌਸਲੇ ਨਾਲ ਸੁਣੋ ਨਹੀਂ ਤੁਸੀਂ ਵੀ ਤਾਂ ਗੱਲ ਨਾਲ ਹੀ ਕਰੋ ਨਾ ਤੁਸੀਂ ਹੁਣ ਵਿੱਚ ਡਾਇਰੈਕਟ ਹੀ ਵਿੱਚ ਪਾਤਾ ਜੀ ਇਹ ਤੁਸੀਂ ਐਵੇਂ ਬਿਲਾ ਵਜਾ ਹੈ ਪਹਿਲਾਂ ਪਾਣੀ ਪਿਆ ਭਾਈ ਹੁਣਾਂ ਨੂੰ ਉੱਥੋਂ ਲਿਆ ਕੇ ਨਾ ਥੋੜ੍ਹਾ ਜਿਹਾ ਮੈਨੂੰ ਲੱਗਦਾ ਸਵੇਰ ਦੇ ਕਿਤੇ ਮਕਾਨ ਲੱਭਣ ਦਾ ਨਹੀਂ ਪਾਣੀ ਦੀ ਮੈਨੂੰ ਕੋਈ ਨਹੀਂ ਜ਼ਰੂਰਤ ਮੈਂ ਨਹੀਂ ਅਸੀਂ ਵੀ ਇੱਥੋਂ ਹੀ ਦੇਣਾ ਵਾ ਕੂਲਰ 'ਚੋਂ ਹੀ ਚਲੋ ਇੱਥੇ ਵਾਲਾ ਰਹਿਣ ਤੋਂ ਫਿਰ ਡੀ ਕਾਹਦਾ ਤਕੱਲਫ ਨਹੀਂ ਲਿਆ ਅਸੀਂ ਰਹਿਣ ਤੋਂ ਭਾਜੀ ਐਵੇਂ ਖਰਚਾ ਹੋਊਗਾ ਤੁਹਾਡਾ ਮੇਰੇ ਕਿਹੜਾ ਗੁਰਦੇ ਖਰਾਬ ਸਾਦਾ ਪਾਣੀ ਪਿਆਉਣਾ ਤੁਸੀਂ ਬਸ ਠੀਕ ਆ ਮੈਂ ਅੱਛਾ ਸ਼ਕਲੋਂ ਤੇਰੇ ਗੁਰਦੇ ਸਹੀ ਵੀ ਨਹੀਂ ਲੱਗ ਰਹੇ ਫਿਰ ਅਸੀਂ ਲਿਆ ਪਾਣੀ ਯਾਰ ਗਲਾਸ ਭਾਜੀ ਹੁਣਾਂ ਨੂੰ ਪਿਆ ਪਾਣੀ ਦਾ ਬਸ ਯਾਰ ਅੱਧਾ ਕਿ ਲਿਆਵੀਂ ਉਹ ਲੰਘਦਾ ਹੀ ਨਹੀਂ ਗਾ ਏਡਾ ਸਾਦਾ ਪਾਣੀ ਕਿਉਂ ਕੀ ਹੋਇਆ ਸਾਦਾ ਪਾਣੀ ਕਿਹੜਾ ਭਾਜੀ ਘਰ ਜਿਹੜਾ ਵਾ ਨਾ ਭਾਜੀ ਕਿਰਾਏ ਦੇ ਘਰ ਤੁਹਾਨੂੰ ਮਿਲ ਜਾਂਦਾ ਵਾ ਤੁਸੀਂ ਦੱਸੋ ਅਫਰਾਦ ਕਿੰਨੇ ਆ ਅਫਰਾਦ ਭਾਜੀ ਜਿਹੜਾ ਮੇਰਾ 6ਵੇਂ ਤੋਂ 7ਵਾਂ ਮੁੰਡਾ ਵਾ ਨਾ ਜਿਹੜਾ ਉਹਨੂੰ ਨਾ ਕ੍ਰਿਕਟ ਦਾ ਬੜਾ ਸ਼ੌਕ ਆ ਹਲਕੀ ਫੁਲਕੀ ਪਾਰਕ ਹੋਣੀ ਚਾਹੀਦੀ ਹੈ ਲਾਗੇ ਜਿਹੜਾ ਉਹ ਨਾ ਕ੍ਰਿਕਟ ਦੀ ਆਪਣੀ ਪ੍ਰੈਕਟਿਸ ਕਰੇ ਯਾਰ ਮੂੰਹ ਤੇਰਾ ਬਿਲਕੁਲ ਗੰਦੀ ਬੰਬੀ ਵਰਗਾ ਖਵਾਹਿਸ਼ਾਂ ਤੇਰੀਆਂ DHA ਵਾਲੀਆਂ ਵਾ ਵੀਰੇ ਤੂੰ ਇੰਨੇ ਬੱਚੇ ਲੈ ਕੇ ਤਾਂ ਘਰ ਕਿਰਾਏ 'ਤੇ ਲੱਭਦਾ ਫਿਰਦਾ ਇੰਨੇ ਕਿਰਾਏ ਕਿੰਨਵਾਂ ਨੰਬਰ ਦੱਸਿਆ ਬੱਚੇ ਦਾ 7ਵਾਂ ਬੱਚੀਆਂ ਤੋਂ ਇਲਾਵਾ ਜਿਹੜੇ ਆ ਨਾ ਉਹ 7ਵਾਂ ਬੇਟੀਆਂ ਵੀ ਨੇ ਹਾਂਜੀ ਚਲੋ ਬੇਟੀਆਂ 'ਤੇ ਰਹਿਮਤ ਹੁੰਦੀ ਆ ਅਤੇ ਬੱਚੇ ਟੋਟਲ ਤੁਹਾਡੇ ਹਿਸਾਬ ਨਾਲ ਕਿੰਨੇ ਆ ਚਲੋ ਦੱਸ ਦਿਓ ਨਹੀਂ ਮੇਰੇ ਹਿਸਾਬ ਨਾਲ ਕੀ ਆ ਅੱਲਾ ਦੀ ਰਹਿਮਤ ਆ ਭਾਅ ਜੀ ਗੱਲ ਕਰ ਰਹੇ ਹਾਂ ਕਸਟਮਰ ਆਇਆ ਮੈਂ ਸੁਣ ਲੈਂਦਾ ਫੋਨ ਆਓ ਬੈਠੇ ਇੱਥੇ ਦੱਸੋ ਭਾਅ ਜੀ ਪਾਣੀ ਪੀਓ ਪੀ ਲਓ ਕੁਛ ਨਹੀਂ ਹੁੰਦਾ ਕਾਫੀ ਦੂਰੋਂ ਆਏ ਹੋ ਤੁਸੀਂ ਕੀ ਹੋਇਆ ਤੱਤਾ ਯਾਰ ਇੰਨਾ ਤੱਤਾ ਪਾਣੀ ਦਾੜਾਂ ਨੂੰ ਲੱਗ ਗਿਆ ਯਾਰ ਭਾਅ ਜੀ ਚਾਈਨਾ ਸਾਰਾ ਗਰਮ ਪਾਣੀ ਪੀਂਦਾ ਦੇਖ ਲਾ ਉਹਨਾਂ ਨੂੰ ਕਦੀ ਹਾਰਟ ਅਟੈਕ ਨਹੀਂ ਹੁੰਦਾ ਗਲੇ ਠੀਕ ਉਹਨਾਂ ਦੇ ਹਰ ਚੀਜ਼ ਠੀਕ ਠੰਡਾ ਪਾਣੀ ਨੁਕਸਾਨਦੇਹ ਆ ਤੁਹਾਡਾ ਪੈਪਸੀ ਰੋਡ 'ਤੇ ਚਾਈਨਾ ਨਾਲ ਕੀ ਤਲਕ ਹੋ ਗਿਆ ਇੱਥੇ ਗਰਮ ਪਿਆਈ ਆ ਉਹ ਦੁਨੀਆ ਨੂੰ ਦੇਖਣਾ ਚਾਹੀਦਾ ਨਾ ਡੋਪ ਕਰਨਾ ਚਾਹੀਦਾ ਵਾ ਚਾਈਨਾ ਦੇਖਿਆ ਨਹੀਂ ਉਹ ਗਰਮ ਪਾਣੀ ਦਿੰਦੇ ਮਹਿਮਾਨ ਨੂੰ ਆ ਮੈਂ ਤੈਨੂੰ ਪੀ ਕੇ ਵਹਾ ਦਿੰਦਾ ਨਹੀਂ ਮੰਗਾਇਆ ਤਾਂ ਮੇਰੇ ਲਈ ਆ ਤੁਸੀਂ ਕਿਉਂ ਪੀਣਾ ਉਹ ਖੋ ਦਿਆ ਇਹ ਕਿਹੜਾ ਮਿੱਠਾ ਵਾ ਹੋਰ ਆ ਜਾਂਦਾ ਪਾਣੀ ਅਤੇ ਮਿੱਠਾ ਮੰਗਾ ਲੈਂਦੇ ਤੁਹਾਡੇ ਕੋਲ ਇੰਨੀ ਤਫੀਕ ਸੀ ਤਾਂ ਚਲੋ ਭਾਈ ਤੁਸੀਂ ਦੱਸੋ ਭਾਈ ਪਾਰਕ ਘਰ ਦੇ ਲਾਗੇ ਉਹ ਨਿਆਣਿਆਂ ਨੂੰ ਨਾ ਦੂਰ ਨਾ ਜਾਣਾ ਪਵੇ ਪਾਰਕ ਵਾਲਾ ਘਰ ਹੈ ਭਾਈ ਲੇਕਿਨ ਮਹਿੰਗਾ ਹੋਏਗਾ ਫਿਰ ਥੋੜ੍ਹਾ ਜਿਹਾ ਉਹਦਾ ਕੀ ਕਿਰਾਇਆ ਹੈ ਬੱਚੇ ਨੂੰ ਕ੍ਰਿਕਟ ਦਾ ਸ਼ੌਕ ਆ ਹਾਂਜੀ ਇੱਕ ਨੂੰ ਗੁੱਡੀਆਂ ਦਾ ਸ਼ੌਕ ਆ ਹਾਂਜੀ ਅਤੇ ਅਗਲਾ ਤੂੰ ਕਹੇਗਾ ਜੀ ਉਹ ਜਿਹੜਾ ਬੱਚਾ ਮੇਰਾ ਜੀ ਛੱਤਾਂ ਬਿਲਕੁਲ ਨਾਲ ਹੋਣੀਆਂ ਚਾਹੀਦੀਆਂ ਉਹਨੂੰ ਡਕੇਤੀ ਦਾ ਸ਼ੌਕ ਆ ਤਾਂ ਕਿ ਆਰਾਮ ਨਾਲ ਚੜ੍ਹੇ ਲੁੱਟ ਲੱਟ ਕੇ ਅਤੇ ਫਿਰ ਘਰ ਆ ਜਾਵੇ ਨਹੀਂ ਉਹ ਤਾਂ ਛੋਟਾ ਜਿਹਾ ਵਾ ਜੀ ਉਹਨੇ ਕੀ ਕਰਨਾ ਅੱਛਾ ਯਾਨੀ ਕਿ ਵੱਡਾ ਹੋਵੇਗਾ ਤਾਂ ਹੈ ਤੈਨੂੰ ਉਮੀਦ
ਉਮੀਦ ਤੋਂ ਮੁਰਾਦ ਆ ਵੀ ਬੱਚੇ ਆ ਜਦੋਂ ਪੜ੍ਹਾਵਾਂ ਲਿਖਾਵਾਂਗੇ ਫਿਰ ਉਹਨੇ ਜ਼ਰੂਰ ਡਕੈਤੀਆਂ ਕਰਨੀਆਂ। ਪੜ੍ਹਾਉਣਾ ਲਿਖਾਉਣਾ ਕਿੱਥੇ ਆ, ਤੂੰ ਮਕਾਨ ਹੀ ਬਦਲੀ ਜਾਂਦਾ, ਇੱਕ ਜਗ੍ਹਾ 'ਤੇ ਰਹੇਗਾ ਤਾਂ ਬੱਚੇ ਪੜ੍ਹਾਏ ਭਾਈ। ਜਿਹੜਾ ਚੌਥੇ ਨਾਲੋਂ ਪੰਜਵਾਂ ਬੱਚਾ ਨਾ ਮੇਰਾ, ਉਹਨੂੰ ਨਾ ਸਨੂਕਰ ਦਾ ਬੜਾ ਚਾਅ ਆ, ਉਹ ਜਿਹੜੇ ਸਨੂਕਰ ਨਹੀਂ ਖੇਡਦੇ ਮੁੰਡੇ। ਤੂੰ ਵੀਰੇ ਆਪਣੇ ਬੱਚਿਆਂ ਦੀ ਸੀ ਵੀ ਦੇ ਦੇ, ਕੀ ਕੀ ਆ ਤੇਰੇ ਬੱਚਿਆਂ ਨੂੰ ਸ਼ੌਕ, ਤਾਂ ਕਿ ਮਾਲਕ ਮਕਾਨ ਨਾਲ ਮੈਂ ਗੱਲ ਕਰ ਲਵਾਂ। ਆ ਫੜ ਆ ਲਿਖਦੇ ਕੀ ਕੀ ਸ਼ੌਕ ਆ, ਇੱਦਾਂ ਘਰ ਨਹੀਂ ਵੀਰੇ ਲੱਭਦੇ, ਕਿਸੇ ਨੂੰ ਦੱਸੀਦਾ ਹੀ ਨਹੀਂ ਹੁੰਦਾ, ਚੁੱਪ ਕਰਕੇ ਮਕਾਨ 'ਚ ਵੜੋ। ਸਨੂਕਰ ਕਲੱਬ 'ਚ ਕੋਈ ਲਾਗੇ ਹੋਵੇ ਨਾ ਬੱਚੇ ਵਾਸਤੇ, ਚਲੋ। ਅਤੇ ਦੂਸਰਾ ਕਿ ਚਲੋ ਕਿਰਾਏ 'ਤੇ ਘਰ ਦਾ ਕੀ ਰੇਟ ਆ ਜੀ, ਉਹਦਾ ਕਿਰਾਇਆ ਕੀ ਆ? ਉਹ ਤੁਹਾਨੂੰ ਦਿਖਾ ਦਿੰਦੇ ਹਾਂ, ਫਿਰ ਕਰਾਂਗੇ ਤੁਹਾਡੇ ਨਾਲ ਕਿਰਾਏ ਦੀ ਗੱਲ। ਅੱਛਾ ਜੀ, ਆ ਜਿਹੜਾ ਤੁਹਾਨੂੰ ਪਸੰਦ ਆਏਗਾ ਫਿਰ ਦੱਸਾਂਗੇ। ਸ਼ਨਾਖਤੀ ਕਾਰਡ ਹੈਗਾ ਜੀ? ਹਾਂਜੀ, ਸ਼ਨਾਖਤੀ ਕਾਰਡ ਹੈ। ਸ਼ਨਾਖਤੀ ਕਾਰਡ ਹੈਗਾ ਹੀ ਆ, ਹੋਰ ਜਸੂਸ ਆ ਉਹ। ਚਲੋ ਘਰ ਸਾਨੂੰ ਦਿਖਾ ਦਿਓ, ਲੇਕਿਨ ਇਹ ਆ ਵੀ ਐਗਰੀਮੈਂਟ ਵਾਲਾ ਘਰ ਲੈਣਾ ਭਾਅ ਜੀ। 2-2.5 ਸਾਲ ਜਿਹੜਾ ਮਾਲਕ ਮਕਾਨ ਆ ਨਾ, ਉਹ ਮੈਨੂੰ ਦਿਸੇ ਨਾ। ਹਾਂ, ਕੀ ਮਤਲਬ? ਉੱਧਰ ਦੀ ਗਲੀ 'ਚ ਉਹਨਾਂ ਨੰਗੇ ਨਾ, ਮੈਨੂੰ ਕਿਤੇ ਕੁੰਡਾ ਖੜਕਾਵੇ ਪੀ ਆ, ਬੱਚਿਆਂ ਨੂੰ ਇੱਧਰ ਕਰੇ। ਜਿਹਦਾ ਘਰ ਆ ਉਹ ਹੀ ਨਾ ਨੰਗੇ? ਨਹੀਂ, ਜਦੋਂ ਐਗਰੀਮੈਂਟ ਹੋ ਜਾਣਾ ਫਿਰ ਉਹਦਾ ਕੀ ਤੱਲਕ ਆ ਸਾਡੇ ਨਾਲ? ਉਹ ਮਾਲਕ ਮਕਾਨ ਕਿਤੇ ਕਿਤੇ ਫੇਰਾ ਲਾ ਹੀ ਲੈਂਦਾ ਵਿਚਾਰਾ। ਕਿਤੇ ਕਿਤੇ ਯਾਰ ਉਹਦੇ ਨਾਨਕੇ ਆ, ਕਿਤੇ ਕਿਤੇ ਕਿਉਂ ਫੇਰਾ ਲਾਉਣਾ ਉਹਨੇ? ਆਏ ਦਿਨ ਕਹਿੰਦੇ ਆ ਜੀ ਤੂੰ ਮਕਾਨ ਦਾ ਕਿਰਾਇਆ ਟਾਈਮ ਨਾਲ ਦੇਈ ਜਾਏਗਾ ਤਾਂ ਨਹੀਂ ਜਾਏਗਾ ਤੇਰੇ ਵੱਲ। ਭਾਈ ਉਹ ਕਹਿੰਦੇ ਆ ਉਹ ਤੂੰ ਉਹਦੇ ਮਕਾਨ 'ਚੋਂ ਸੁਰੰਗ ਕੱਢ ਲਵੇਂ ਜਿਹੜੀ, ਜਾਂ ਬੈਂਕ ਨੂੰ ਵੱਜਦੀ ਆ ਉੱਥੋਂ ਤੂੰ ਲੁੱਟ ਕੇ ਤੇ ਵਾਪਸ ਆ ਜੇ, ਕਹਿੰਦੇ ਮਾਲਕ ਮਕਾਨ ਹੀ ਫੜਿਆ ਜਾਣਾ, ਤੂੰ ਫੜਿਆ ਜਾਣਾ। ਨਹੀਂ, ਨਾਲੇ ਇਸ ਤੋਂ ਪਹਿਲੇ ਮਕਾਨ ਲੈਣ ਤੋਂ ਭਾਅ ਜੀ ਇੱਕ ਐਗਰੀਮੈਂਟ ਹੁੰਦਾ, ਉਹ ਜਿਹੜਾ ਤੁਹਾਨੂੰ ਥਾਣੇ ਜਾਣਾ ਪੈਣਾ। ਥਾਣੇ? ਮੈਂ ਕੀ ਕਿਹਾ ਜੀ ਥਾਣੇ ਜਾਣਾ ਪੈਣਾ? ਅੱਲਾ ਮਾਫੀ ਦਾ, ਨਹੀਂ ਨਹੀਂ ਆਦਮੀ ਆ, ਮੈਂ ਕੋਈ ਥਾਣੇ ਜਾਣਾ? ਇੱਕ ਫਾਰਮ ਹੁੰਦਾ ਭਾਈ, ਉਹ ਦੋਵਾਂ ਨੇ ਨਾ ਪਾਰਟੀਆਂ ਨੇ ਵੀ ਮੈਂ ਇਹਨੂੰ ਕਿਰਾਏ 'ਤੇ ਦਿੱਤਾ, ਇਹਨੇ ਲਿਆ, ਅੰਗੂਠੇ ਸਹਿਨ ਹੋ ਕੇ ਉੱਥੇ ਇੱਕ ਫਾਰਮ ਜਮ੍ਹਾਂ ਹੁੰਦਾ, ਮਾਲਕ ਵੀ ਜਾਏਗਾ ਥਾਣੇ, ਤੂੰ ਵੀ ਜਾਏਗਾ। ਮੈਂ ਕਿਉਂ ਜਾਊਂਗਾ, ਮੈਂ ਕੀ ਕਿਹਾ ਉਹਨੂੰ ਮਾਲਕ? ਯਾਰ ਇਹਦੀ ਗੱਲ ਨਹੀਂ ਸਮਝ ਆ ਰਹੀ। ਕਿਰਾਏਦਾਰ ਵਾਸਤੇ ਇੱਕ ਫਾਰਮ ਹੁੰਦਾ ਹੈ, ਫਾਰਮ ਹੁੰਦਾ ਥਾਣੇ ਦੱਸਣਾ ਹੁੰਦਾ ਕਿ ਜੇ ਫਲਾਣਾ ਬੰਦੇ ਨੇ ਇੱਥੇ ਕਿਰਾਏ 'ਤੇ ਮਕਾਨ ਲਿੱਤਾ। ਨਹੀਂ, ਜਦੋਂ ਅੰਗੂਠੇ ਗਾਠੇ ਲੱਗ ਜਾਣੇ ਆ, ਹਾਂਜੀ, ਫਿਰ ਉਹ ਘਰ ਮੇਰਾ ਹੀ ਹੋ ਗਿਆ। ਤੂੰ ਤਾਂ ਕਬਜ਼ਾ ਹੀ ਕਰਨ ਲੱਗ ਪਿਆ। ਨਹੀਂ, ਉਹ ਕਹਿੰਦੇ ਨਹੀਂ ਲਾਓ ਜੀ ਅੰਗੂਠੇ, ਹੁਣ ਇੱਥੇ ਮੁਬਾਰਕ ਹੋਵੇ। ਉਹ ਕਹਿਣਗੇ ਮੈਨੂੰ ਵੀ ਮੁਬਾਰਕ ਹੋਵੇ ਜੀ ਤੁਹਾਡਾ ਘਰ। ਮੁਬਾਰਕ ਤੇਰੇ ਰਿਸ਼ਤੇਦਾਰਾਂ ਨੇ ਦੇਣੀ ਆ ਜਦੋਂ ਤੂੰ ਨਵਾਂ ਲਏਗਾ। ਆ ਕਿਰਾਏ ਦੇ ਘਰ 'ਚ ਕੋਈ ਨਹੀਂ ਮੁਬਾਰਕ ਦਿੰਦਾ? ਮਾਲਕ ਮਕਾਨ ਨਾ ਵੇਚੋ ਵੀ ਬੜੀ ਚਲਾ ਭਾਜੀ, ਮੈਂ ਬਹੁਤ ਜਗ੍ਹਾ 'ਤੇ ਰਿਹਾ ਵਾਂ। ਅੱਛਾ, ਲੇਕਿਨ ਉਹ ਮਾਲਕ ਮਕਾਨ ਨਾ ਬੜੀ ਕਿਰਾਏਦਾਰ ਨਾਲ ਉਹਨੂੰ ਜ਼ਿਆਦਾ ਕਰਦੇ ਆ। ਭਾਜੀ ਮਾਲਕ ਮਕਾਨ ਤੁਹਾਨੂੰ ਕੀ ਕਹਿੰਦਾ? ਭਾਜੀ ਮਾਲਕ ਮਕਾਨ ਨਾ ਮੈਂ ਇੱਕ ਰਿਹਾ ਵਾਂ ਮਾਲਕ ਮਕਾਨ ਨਾਲ, ਥੱਲੇ ਮੈਂ ਰਹਿੰਦਾ ਸੀ। ਅੱਛਾ, ਉੱਤੇ ਜਿਹੜਾ ਸੀ ਉਹ ਮਾਲਕ ਮਕਾਨ ਰਹਿੰਦਾ? ਮਾਲਕ ਮਕਾਨ ਹਮੇਸ਼ਾ ਉੱਤੇ ਹੀ ਰਹਿੰਦਾ ਭਾਜੀ? ਉੱਤੇ ਹੀ ਰਹਿਣਾ ਵਾ। ਸਾਨੂੰ ਉਹਨੇ ਜਿਹੜੀ ਭਾਜੀ ਮੈਨੂੰ ਉਹਨੇ ਖੇਚਲ ਕੀਤੀ ਆ, ਉਹਨੇ ਜਿਹੜਾ ਮੈਨੂੰ ਸਤਾਇਆ ਵਾ ਕਿ ਵੀ ਇੱਕ ਮਿੰਟ ਬਾਅਦ ਮੈਨੂੰ ਥੱਲੇ ਆਵਾਜ਼ ਦੇ ਦਿੰਦਾ ਸੀ ਉਹ ਗੋਗੇ, ਆ ਤੇਰੀ ਭਰਜਾਈ ਦਾ ਸਿਰ ਦੁਖਦਾ, ਪੈਨਾਡੋਲ ਲਿਆ ਦੇ। ਇੱਕ ਮਿੰਟ ਹੋਇਆ ਸਬਜ਼ੀ ਲਿਆ ਦੇ, ਮੇਰਾ ਮਾਮਾ ਆ ਰਿਹਾ ਵਾ ਲਾਰੀ ਅੱਡਿਓ, ਉਹਨੂੰ ਲੈ ਆ, ਉਹਨੂੰ ਛੱਡ ਆ। ਉਹ ਸਾਰੇ ਕੰਮ ਮੈਨੂੰ ਹੀ ਦੱਸੀ ਜਾਂਦਾ ਸੀ, ਮੋਟਰ ਬੰਦ ਕਰ ਦਿਉ, ਮੋਟਰ ਚਲਾ ਦਿਉ। ਇੱਕ ਹੋਰ ਵੱਡੀ ਗੱਲ ਕਿੱਡੀ ਮੇਰੇ ਨਾਲ ਜ਼ਿਆਦਾ ਕੀਤੀ, ਸਾਡੇ 7 ਮੀਟਰ ਲੱਗਾ ਸੀ ਅਤੇ ਉਹਨੇ ਮੋਟਰ ਦਾ ਕਨੈਕਸ਼ਨ ਹੀ 7 ਮੀਟਰ ਸਾਡੇ ਨਾਲ ਆਇਆ ਸੀ। ਉਹ ਜਿੰਨਾ ਬਿੱਲ ਆ ਸਾਰਾ ਮੈਨੂੰ ਹੀ ਆਉਂਦਾ ਸੀ, ਅਤੇ ਕੰਮ ਜਿਹੜੇ ਲਹਿਦਾ ਉੱਤੋਂ ਟੋਕਰੀ ਬੰਨੀ ਸੀ ਰੱਸੀ ਨਾ, ਉਹ ਸਾਡੇ ਥੱਲੇ ਲਟਕਾ ਦਿੰਦਾ ਸੀ, ਆਹ ਸਬਜ਼ੀ ਫੜ ਕੇ ਪੁੱਤ ਉੱਤੇ ਭੇਜ ਦਿੰਦਾ। ਜੇ ਤੂੰ ਵਿੱਚੋਂ ਮਤਲਬ ਤੂੰ ਵੀ ਤਾਂ ਵੇਖੂ ਜੋ ਰੱਖਦਾ ਹੀ ਹੋਏਗਾ, ਵਿੱਚੋਂ ਕੋਈ ਪਿਆਜ਼ ਰੱਖ ਲਿਆ, ਅਦਰਕ ਰੱਖ ਲਿਆ, ਇੱਕ ਆਲੂ ਕਿਲੋ। ਤੂੰ ਬਕਾਇਆ ਪੈਸੇ ਹੀ ਨਾ ਦੇ ਉਹਨੂੰ, ਸਾਨੂੰ ਸੌਦਾ ਲੈਣ ਭੇਜਦਾ, ਬਕਾਇਆ ਤੂੰ ਡਿੱਗ ਪਿਆ। ਐਵੇਂ ਕਹਿ ਤਾ ਮੇਰੇ ਕੋਲ ਪੈਸੇ ਗਵਾ ਦੀਏ, ਅੱਕ ਕੇ ਉਹਨੇ ਆਪ ਜਾਣਾ ਸੀ ਯਾਰ। ਡਿੱਗ ਪਿਆ ਉਹ ਕਿਹੜਾ, ਰੇੜੀ ਆਉਂਦੀ ਸੀ ਬੂਹੇ ਅੱਗੇ, ਮੈਂ ਕਿਹੜਾ ਮੰਡੀ ਜਾਂਦਾ ਸੀ, ਕਿਲੋ ਆਲੂਆਂ 'ਚ ਮੈਂ ਕੀ ਰੱਖ ਲੈਂਦਾ ਮਸਲਨ ਉਹਦੇ 'ਚ। ਅਤੇ ਤੂੰ ਕੰਮ 'ਤੇ ਨਹੀਂ ਸੀ ਜਾਂਦਾ, ਘਰ ਹੀ ਰਹਿੰਦਾ ਸੀ? ਸਰ ਉਹ ਮੈਂ ਚਲੇ ਵੀ ਜਾਂਦਾ ਸੀ ਨਾ ਕੰਮ 'ਤੇ, ਮੇਰੇ ਨਿਆਣਿਆਂ ਨੂੰ ਕਹੀ ਜਾਂਦਾ ਸੀ ਸਿਗਰਟਾਂ ਪੀਂਦਾ, ਕਹਿੰਦਾ ਸਿਗਰਟ ਲੈ ਕੇ ਆ। ਬੱਚੇ ਨੂੰ ਉਹ ਹੀ ਆਦਤ ਪੈ ਲਈ, ਮੇਰਾ ਜਿਹੜਾ 7ਵਾਂ ਮੁੰਡਾ ਵਾ ਉਹ ਤੋਂ ਵੱਡਾ ਜਿਹੜਾ ਪਹਿਲਾ ਵਾ ਉਹ ਸਿਗਰਟਾਂ 'ਤੇ ਲੱਗ ਗਿਆ। ਉਸ ਤੋਂ ਪਹਿਲਾਂ ਵੀ ਆ ਕੋਈ? ਇਹ ਸਾਰੇ ਇੱਕੋ ਬੀਬੀ 'ਚੋਂ ਹੀ ਆ ਜੀ? ਇੱਕ 'ਚੋਂ ਹੀ ਆ ਮਾਸ਼ਾਅੱਲਾ। ਅਤੇ ਭਾਬੀ, ਭਾਬੀ ਹਯਾਤ ਆ? ਹਾਂਜੀ ਹਯਾਤ ਆ, ਚੰਗੀ ਭਲੀ ਤੁਰੀ ਫਿਰਦੀ ਆ। ਅੱਛਾ ਅੱਛਾ, ਨਹੀਂ ਮਹਿੰਗਾਈ ਜਿੰਨੇ ਆ ਨਾ ਬੱਚੇ 2 ਹੀ ਅੱਛੇ, ਮਤਲਬ ਕਿ ਮਹਿੰਗਾਈ ਦੇਖਣਾ ਹੁੰਦਾ ਨਹੀਂ ਜੀ, 2-2 ਕਰਕੇ ਹੀ ਹੋਏ ਆ 7-8। ਇਹ ਭਾਬੀ ਹਰ ਸਾਲ ਜੋੜਾ ਹੀ ਦਿੰਦੀ? ਨਹੀਂ ਨਹੀਂ, ਜੋੜੇ ਦੀ ਨਹੀਂ ਗੱਲ, ਵੀ ਉਹ ਅੱਲਾ ਦੀ ਰਹਿਮਤ ਹੋਈ ਗਈ, ਅਸੀਂ ਹੁਣ ਕੀ ਕਰਦੇ? ਯਾਰ ਅੱਲਾ ਦੀ ਰਹਿਮਤ ਹੈ, ਰੱਬ ਤਾਂ ਕਿਸੇ ਦਾ ਬੁਰਾ ਚਾਹੁੰਦਾ ਹੀ ਨਹੀਂ, ਇਨਸਾਨ ਨੂੰ ਆਪ ਵੀ ਸੈਂਸ ਚਾਹੀਦੀ ਥੋੜ੍ਹੀ ਜੀ। ਹਾਂਜੀ, ਤੂੰ ਇੰਨੇ ਬੱਚਿਆਂ ਨੂੰ ਰੋਟੀ ਕਿੱਥੋਂ ਖਵਾਉਣੀ? ਆਈ ਵੇਖਿਆ ਕਿਰਾਇਆਂ ਦੇ ਧੱਕੇ ਖਾ ਰਿਹਾ, ਇਹੀ ਤੇਰੇ 2 ਬੱਚੇ ਹੁੰਦੇ ਤੇਰਾ ਆਪਣਾ ਘਰ ਬਣ ਜਾਣਾ ਸੀ। ਨਹੀਂ, ਉਹ ਬੱਚੇ ਹੀ ਬਣਾਈ ਗਿਆ, ਘਰ ਨਹੀਂ ਬਣਾਇਆ ਭਾਜੀ। ਤੁਹਾਨੂੰ ਲੈਦਾ ਘਰ ਭਾਅ ਜੀ ਦਿਖਾ ਦਿੰਦੇ ਹਾਂ, ਪਸੰਦ ਆਵੇ ਲੈ ਲੈਣਾ ਤੁਸੀਂ, ਉਹਦੇ 'ਚ ਹੁੰਦਾ ਸਾਡਾ 50% ਭਾਅ ਜੀ ਘਰ। ਅਗਰ 10,000-20,000 ਰੁਪਇਆ ਕਿਰਾਇਆ ਨਾ, 10,000 ਸਾਨੂੰ ਦੇਣਾ ਤੁਸੀਂ ਫੀਸ। ਤੁਹਾਨੂੰ ਵੀ ਦੇਣਾ ਜੀ ਤੁਸੀਂ, ਮੈਂ ਜ਼ਕਾਤ ਉਸ਼ਰ ਕਮੇਟੀ ਲੈਣੀ ਆ ਤੁਸੀਂ ਸਾਡੇ ਕੋਲ। ਨਹੀਂ ਤਾਂ ਅਸੀਂ ਤੈਨੂੰ ਘਰ ਨਹੀਂ ਲੈ ਕੇ ਦੇ ਰਹੇ। ਘਰ ਲੈਣਾ ਤੁਸੀਂ ਕੋਈ 5-4 ਹਜ਼ਾਰ ਰੁਪਇਆ ਦੇਖੀਦਾ ਹੁੰਦਾ ਵੀ ਕਸਟਮਰ। 5-4 ਹਜ਼ਾਰ ਕਿਹੜਾ,
ਪੱਖੇ ਚੱਲਣ ਦਿਆ, ਤੂੰ ਆ ਕੇ ਤੈਨੂੰ ਪਾਣੀ ਵੀ ਪਿਆਇਆ, ਆ ਮੁਲਾਜ਼ਮ ਆ ਸਾਡੇ, ਅਸੀਂ ਕਿੱਥੋਂ ਖਰਚੇ ਪੂਰੇ ਕਰਨੇ? ਬੰਦ ਕਰ ਲਓ, ਹਨੇਰੇ 'ਚ ਗੱਲ ਨਹੀਂ ਹੁੰਦੀ ਤੁਹਾਡੇ ਕੋਲ, ਉਹ ਤੇਰੇ ਨਾਲ ਤਾਂ ਚਾਨਣੇ ਨਹੀਂ ਹੋਣ ਦੇ, ਤਾਂ ਹਨੇਰੇ 'ਚ ਕਿੱਥੋਂ ਹੋਣੀ ਆ? ਆਵਾਜ਼ ਤਾਂ ਪਹੁੰਚੂਗੀ। ਪਹਿਲਾਂ ਕਿਰਾਇਆ ਡੀਲਰ ਦਾ ਹੁੰਦਾ ਭਾਈ, ਪਹਿਲਾਂ ਜਿਹੜਾ ਮਹੀਨਾ ਹੁੰਦਾ ਨਾ ਉਹ ਡੀਲਰ ਦਾ ਕਿਰਾਇਆ ਹੁੰਦਾ, ਯਾਨੀ ਕਿ ਪਹਿਲਾ ਮਹੀਨਾ ਮੈਂ ਡੀਲਰ ਵੱਲ ਰਹਿਣਾ। ਕਿਉਂ? ਹਾਂ ਵੀ ਕਹਿੰਦਾ ਕਿਰਾਇਆ ਉਹਨੂੰ ਦਵਾਂ। ਉਹ ਯਾਰ ਤੂੰ ਜਿੱਥੇ ਕੰਮ ਕਰਦਾ ਤੂੰ ਪੈਸੇ ਨਹੀਂ ਮਿਲਦੇ, ਅਸੀਂ ਵੀ ਇਹ ਕੰਮ ਹੀ ਕਰ ਰਹੇ ਹਾਂ, ਬਿਜ਼ਨਸ ਲੋਕ ਘਰ ਲੋਕਾਂ ਦੇ ਆ ਸਾਡੇ ਨਹੀਂ ਭਾਈ। ਉਹ ਯਾਰ ਤੁਸੀਂ ਗੱਲ ਹੀ ਕਰਨੀ ਹੁੰਦੀ ਆ ਵੀ ਆਹ ਭਾਈ ਆ ਮਕਾਨ ਤੁਹਾਡਾ ਵਾ, ਉਹ ਇੰਨੀ ਗੱਲ ਤੇ 10,000 ਰੁਪਇਆ ਤੁਸੀਂ ਲੈ। ਗੱਲ ਹੀ ਕਰਨੀ ਹੁੰਦੀ ਆ, ਜ਼ਿੰਮੇਦਾਰੀ ਹੁੰਦੀ ਭਾਈ। ਕਿਰਾਏਦਾਰ ਘਰ ਨਾ ਛੱਡੇ, ਮਾਲਕ ਮਕਾਨ ਨੇ ਤਾਂ ਸਾਨੂੰ ਕਹਿਣਾ ਵੀ ਕਿਹੜਾ ਕੁੱਤਾ ਜਾਂ ਕਿਰਾਏਦਾਰ ਵਾੜਤਾ। ਹੈਲੋ, ਜਦੋਂ ਜਾਣਾ ਅੱਗੋਂ ਗਾਲਾਂ ਕੱਢਦਾ, ਕਦੀ ਕੁਛ ਕਰਦਾ, ਕੱਲ ਨੂੰ ਤੂੰ ਨੋਟਿਸ ਲੈ ਆਵੇਂ ਉੱਥੇ ਕਿ ਮੇਰਾ ਆਪਣਾ ਘਰ ਆ। ਲੈਂਗੁਏਜ ਸਹੀ ਰੱਖੋ ਆਪਣੀ। ਨਹੀਂ ਮੈਂ ਗੱਲ ਕੀਤੀ ਆ, ਉਹ ਹੁੰਦਾ ਨਾ ਮਿਸਾਲ ਨਹੀਂ ਹੁੰਦੀ, ਮਿਸਾਲ ਕੋਈ ਤੁਹਾਨੂੰ ਚਾਹੀਦੀ ਨਹੀਂ ਆਉਂਦੀ। ਆ ਤੈਨੂੰ ਘਰ ਵਹਾ ਦਿੰਦੇ ਰਾਜੀ, ਗੱਡੀ ਗੱਡੀ ਕੱਢ ਆਓ। ਦੁਕਾਨ ਅੱਛਾ ਰਾਜੀ ਸਾਹਿਬ? ਅੱਛਾ ਹੀ ਆ ਭਾਜੀ, ਤੁਹਾਡੇ ਨਾਲ ਅੱਛਾ ਹੀ ਹੋਏਗਾ। ਬੰਦਾ ਆਪ ਅੱਛਾ ਹੋਵੇ ਹਰ ਜਗ੍ਹਾ ਹੀ ਅੱਛੀ ਹੁੰਦੀ ਆ। ਆਓ ਮੇਰੇ ਨਾਲ, ਇਹ ਪਾਣੀ ਪੀਣਾ ਤੁਸੀਂ? ਯਾਰ ਆਹ ਦੁਬਾਰਾ ਕੂਲਰ 'ਚ ਪਾ ਦੇ, ਹੈਂ ਤੇਰਾ ਪਾਣੀ ਦਮ ਕਰਾਇਆ ਯਾਰ, ਘੁੱਟ ਭਾਰ ਇਹਨੂੰ ਪੀ ਚੱਲੀਏ। ਯਾਰ ਇੰਨਾ ਪਾਣੀ ਕੌਣ ਪੀਂਦਾ ਵਾ, ਕੋਕ ਹੋਵੇ ਕੋਈ ਜੂਸ ਹੋਵੇ ਬੰਦੇ ਦਾ ਛੇਤੀ ਲੰਘਦਾ ਵਾ, ਇਹ ਤਾਂ ਇੰਜ ਜਿਵੇਂ ਅੰਦਰ ਜਾ ਕੇ ਵੱਢਣਾ ਇਹਨੇ। ਉਹ ਅੱਲਾ ਕਰੇ ਤੂੰ ਘਰ ਲੈ ਲੈਣਾ ਵਾ, ਪਸੰਦ ਆ ਜਾਣਾ ਫਿਰ ਤੂੰ ਸਾਨੂੰ ਪਿਆਉਣਾ ਕੋਕ ਕੂਕ ਉੱਥੇ। ਨਹੀਂ ਕੋਲਡ ਡਰਿੰਕ ਤੁਹਾਨੂੰ ਕੋਈ ਨਹੀਂ ਦਿੰਦਾ ਲਾਗੇ ਬੰਨੇ, ਆਫਿਸ 'ਤੇ ਇੰਨੇ ਪੈਸੇ ਲਾਏ ਤੁਸੀਂ। ਪੀ ਲਓ ਪੀ ਲਓ ਪੀ ਲਓ ਯਾਰ, ਲੱਗਦਾ ਤੇਰੀ ਨਾ ਦਾੜ ਦੁਖਦੀ ਆ, ਅਸੀਂ ਪਾਣੀ ਜ਼ਾਇਆ ਨਹੀਂ ਕਰਦੇ। ਪਾਣੀ ਵੀ ਇੰਨਾ ਯਖ ਵਾ, ਦਾੜ ਤਾਂ ਪਾਣੀ ਇੱਕ ਨਿਹਮਤ ਆ, ਅੱਗੋਂ ਲੋਕ ਜ਼ਾਇਆ ਕਰ ਰਹੇ, ਅੱਗੋਂ ਇਹ ਵੀ ਨਹੀਂ ਲੱਭਣਾ। ਪਾਣੀ ਨਿਹਮਤ ਆ, ਇਹ 'ਚ ਬਰਫ਼ ਵੀ ਪਾ ਲਓ ਕਿਤੇ, ਬਰਫ਼ ਵੀ ਨਿਹਮਤ ਆ, ਉਹ ਵੀ ਮਾਸਾ ਪਾ ਲਓ। ਮੌਸਮ ਚੇਂਜ ਹੋ ਰਿਹਾ ਬਰਫ਼ ਭਾਈ, ਯਾਰ ਤੁਹਾਡਾ ਜੀ ਤੇਰਾ ਹਾਕਰਾਰ ਗਾ ਆਵਾਜ਼ ਹੋਣਾ, ਭਾਜੀ ਘਰ ਵਹਾ ਦਿਓ। ਤੁਹਾਡਾ ਅਕਤੂਬਰ 'ਚ ਮੌਸਮ ਚੇਂਜ ਹੋ ਗਿਆ, ਪਹਿਲਾਂ ਹੀ ਤੱਤਾ ਰੱਖ ਲਿਆ ਤੁਸੀਂ। ਆਓ ਮੇਰੇ ਨਾਲ ਚਲੋ, ਅਬ ਦਿਖਾਓ ਘਰ। ਆਜੋ 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 ਭਾਜੀ, ਆ ਗਏ ਜੀ। ਇਹ ਹਜੇ ਨਾ ਪੇਂਟ ਸ਼ੇਂਟ ਹੋ ਰਿਹਾ ਅਤੇ ਕੱਲ੍ਹ ਪਰਸੋਂ ਤੀਕਰ ਇਹ ਨਿਕਲ ਜਾਣਗੇ ਸਾਰੇ। ਇਹ ਦੇਖ ਲਓ, ਇੱਥੇ ਗੱਡੀ ਵੀ ਖੜ੍ਹੀ ਹੋ ਸਕਦੀ ਹੈ, ਬਲਕਿ ਅਗਰ ਤੁਹਾਡੇ ਕੋਲ ਛੋਟੀਆਂ ਗੱਡੀਆਂ ਤਾਂ ਦੋ ਖਲੋ ਜਾਣਗੀਆਂ। ਨਹੀਂ ਮਕਾਨ ਤਾਂ ਸਹੀ ਆ, ਸੀਲਿੰਗ ਸੂਲਿੰਗ ਹਜੇ ਹੋਈ ਆ। ਨਹੀਂ ਇਹ ਤਾਂ ਰੰਗ ਹੋ ਰਿਹਾ ਫਾਈਨਲ ਆ ਭਾਜੀ। ਹਾਂਜੀ, ਇਹ ਦੇਖੋ ਲਾਉਣ ਛਾਉਣ, ਇੱਧਰ ਮੋਟਰਸਾਈਕਲ ਵੀ ਖਿਲਾਰ ਸਕਦੇ ਹੋ ਤੁਸੀਂ। ਗ੍ਰੀਨਰੀ ਤਾਂ ਬੱਚੇ ਵੀ ਤੇਰੇ ਭੱਜੇ ਫਿਰਨ ਭਾਵੇਂ, ਆ ਬੂਟੇ ਨਾ ਖਾ ਜਾਣ ਕਿਤੇ ਸਾਰੇ ਅਗਲਿਆਂ ਦੇ। ਭੇਡਾਂ ਵਾ ਬੱਕਰੇ ਹੁੰਦਾ ਹੀ ਆ ਨਾ। ਆਹ ਦੇਖੋ ਭਾਜੀ, ਇੱਥੇ ਬੇਸਣ ਵੀ ਲੱਗਾ, ਹੱਥ ਧੋਇਆ ਹੋਈ। ਨਹੀਂ ਨਹੀਂ ਪਾਣੀ ਹਜੇ ਨਹੀਂ ਚਾਲੂ ਕੀਤਾ। ਅੱਛਾ ਅੱਛਾ, ਹਜੇ ਨਹੀਂ। ਨਹੀਂ ਹਜੇ ਆਪ ਹੀ ਡੱਕਿਆ। ਇੱਧਰ ਕੀ ਹੈ ਜੀ? ਕਿੱਧਰ ਆ ਕੀ ਇੱਧਰ ਆ ਕਿੱਧਰ ਰਾਹ ਜਾਂਦਾ? ਇਹ ਨਾਲ ਨਾਲ ਨਾ ਉਹਨਾਂ ਨੇ ਗਲੀ ਛੱਡੀ ਭਾਜੀ। ਹਾਂਜੀ, ਇਹ ਗਲੀ ਛੱਡੀ ਹੁੰਦੀ ਆ, ਹਰ ਘਰ ਦਾ ਨਕਸ਼ਾ ਹੀ ਇੰਜ ਬਣਦਾ। ਇੰਨੀ ਜਗ੍ਹਾ ਛੱਡਣੀ ਆ, ਦਿਖਾਓ ਗਲੀ ਤਾਂ ਦਿਖਾਓ। ਇਹ ਗਲੀ ਕਿਹੜੀ, ਕਿ ਤੂੰ ਦੁਕਾਨ ਪਾਉਣੀ ਗਲੀ 'ਚ? ਨਹੀਂ ਭਾਈ, ਪਤਾ ਤਾਂ ਲੱਗੇ ਵੀ ਇਹ ਕਿੱਧਰ ਨੂੰ ਗਲੀ ਜਾਂਦੀ ਆ, ਨਿਆਣੇ ਮੁੜ ਕੇ ਭੁੱਲ ਜਾਣ ਵੀ ਮੈਂ ਕਿੱਧਰ ਨੂੰ ਜਾਣਾ। ਕਿੱਧਰ ਨੂੰ? ਇੱਕ ਧਰਮਪੁਰੇ ਨੂੰ ਜਾਂਦੀ ਆ ਗਲੀ, ਇੱਥੇ ਹੀ ਰਹਿੰਦੀ, ਇਹਨੇ ਕਿੱਥੇ ਜਾਣਾ? ਇਹ ਤਾਂ ਵੈਸੇ ਹੀ ਛੱਡੀ ਹੁੰਦੀ ਆ। ਨਹੀਂ ਗੱਲ ਤਾਂ ਸਹੀ ਆ, ਪੈਰਾਗੋਨ ਸਿਟੀ ਆ ਭਾਈ, ਲੇਕਿਨ ਆਹ ਜਗ੍ਹਾ ਜਿਹੜੀ ਆ ਨਾ ਭਾਈ ਬਹੁਤ ਛੋਟੀ ਆ, ਕਮ ਸੇ ਕਮ ਘਰ ਇੰਜ ਦਾ ਹੋਣਾ ਚਾਹੀਦਾ, ਖਦਾ ਨਾ ਖਾਸਤਾ ਕਿਤੇ ਅੱਗ ਲੱਗ ਜਾਏ ਜਿਹੜੀ ਗੱਡੀ ਨੂੰ ਲੱਗੇ, ਅੱਗ ਤੇਰੇ ਖਾਨਦਾਨ ਨੂੰ ਲੱਗੇ, ਅਗਲਿਆਂ ਦਾ ਨਵਾਂ ਘਰ ਆ, ਬਾਂਦਰ ਆ ਤੇਰੇ ਬੱਚੇ ਅੱਗ ਲਾ ਦੇਣਗੇ। ਨਹੀਂ ਭਾਜੀ, ਵੀ ਅੱਗ ਲੱਗ ਜਾਏ ਤੇ ਜਿਹੜੀ ਐਂਬੂਲੈਂਸ ਹੈ ਨਾ ਜਿਹੜੀ ਬੁਝਾਉਣ ਵਾਲੀ ਆ, ਜਿਹੜੀ ਐਂਬੂਲੈਂਸ ਨਹੀਂ ਹੁੰਦੀ ਰੈਸਕਿਊ ਹੁੰਦੀ ਆ, ਉਹ ਜਿਹੜੀ ਨਾ ਗੱਡੀ ਪੂਰੀ ਇੱਦਾਂ ਕਰਕੇ ਪੂਰਾ ਇੰਜ ਰਾਊਂਡ ਕਰੇ ਐਂ ਕਰਕੇ, ਉਹ ਘਰ ਹੋਣਾ ਚਾਹੀਦਾ ਜਿਹੜਾ। ਤੈਨੂੰ ਵਜ਼ੀਰੇ ਵਾਲਾ ਹਾਊਸ ਨਾ ਲੈ ਦਈਏ ਅਸੀਂ, ਜਿੱਥੇ ਅੰਦਰ ਗੱਡੀ ਪੂਰੀ ਚਲੀ ਜਾਂਦੀ ਤੇ ਕਮਰੇ ਤੋਂ ਅੱਗ ਲਾਈ ਜਾਂਦਾ ਯਾਰ। ਕਮਰੇ ਕਿੰਨੇ ਇਹਦੇ? ਤੇਰੀ ਤੇ ਗੱਲ ਸੁਣ ਕੇ ਸਾਨੂੰ ਅੱਗ ਲੱਗ ਗਈ। ਕਮਰੇ ਕਿੰਨੇ ਆ ਭਾਈ? ਸੁਗਰ ਮਾਲਾ ਮਕਾਨ ਨਹੀਂ, ਇੱਥੇ ਉਹਨੂੰ ਤੇਰੇ ਚਪੇੜਾ ਮਾਰਨੀਆਂ ਸੀ। ਮੇਰੇ ਕੋਲ ਚਪੇੜਾ ਮਾ, ਮੈਂ ਦੇਖਣਾ ਨਹੀਂ ਮਕਾਨ ਮੈਂ। ਨਹੀਂ ਵੀਰੇ, ਤੂੰ ਤਾਂ ਐਂ ਕਰੀ ਜਾਂਦਾ ਵੀ ਆਜੋ, ਤੁਹਾਨੂੰ ਅੰਦਰੋਂ ਵੀ ਦਿਖਾ ਦਿੰਦੇ। ਲਾਈਟ ਹੈਗੀ ਆ? ਲਾਈਟ ਗਈ ਹੋਈ ਆ। ਇਹ ਲਾਈਟ ਗਈ ਆ ਭਾਈ, ਉੱਤੋਂ ਇਹਦਾ ਆਪਣਾ ਬੜਾ ਹਨੇਰਾ। ਆਓ ਭਾਜੀ, ਅੰਦਰੋਂ ਵੀ ਤੁਹਾਨੂੰ ਦਿਖਾ ਦਿੰਦੇ, ਲਾਈਟ ਗਈ ਆ ਅਤੇ ਲਾਈਟਾਂ ਦਾ ਬੜਾ ਮਸਲਾ। ਇੱਧਰ ਆਓ। ਆ ਗਏ। ਆ ਸਾਰੇ ਗੱਤੇ ਚੁੱਕ ਕੇ ਵੇਚੇਗਾ ਨਾ ਤੇਰੇ, ਕਿੰਨੇ ਹੀ ਵਿਕ ਜਾਣੇ ਮਹਿੰਗੇ। ਰੱਦੀ ਇਹ ਭਾਜੀ ਹੈਗਾ ਵਾ, ਇਹਨੂੰ ਤੁਸੀਂ ਟੀ ਵੀ ਲਾਉਣ ਵੀ ਕਹਿ ਸਕਦੇ ਹੋ, ਗੈਸਟ ਨੂੰ ਬਿਠਾ ਸਕਦੇ ਅਤੇ ਸੋਫੇ ਸੂਫੇ ਲਾ ਕੇ ਨਾ। ਅਤੇ ਇਹ ਜਿਹੜਾ ਇਹ ਟੀ ਵੀ ਲਾਉਣ ਕੀ ਹੈ ਜੀ? ਇਹ ਟੀ ਵੀ ਲਾਉਣ? ਨਹੀਂ ਹੁਣ ਤਾਂ ਐੱਲ ਡੀ ਦਾ ਜ਼ਮਾਨਾ ਵਾ, ਟੀ ਵੀ ਕੌਣ ਦੇਖਦਾ ਵਾ ਵੀ? ਉਹ ਐੱਲ ਡੀ ਕਹਿ ਲਓ, ਹੈਗਾ ਟੀ ਵੀ ਆ, ਜੋ ਮਰਜ਼ੀ ਕਹੀ ਜਾਓ। ਅਤੇ ਟੀ ਵੀ ਕਿੱਥੇ ਲਾਉਣਾ? ਰੰਗ ਰੂਪ ਹਜੇ ਹੋ ਰਿਹਾ ਨਾ, ਥੋੜ੍ਹਾ ਜਿਹਾ ਕੰਮ ਰਹਿੰਦਾ ਵਾ। ਵਾਲੇਕੁਮ ਸਲਾਮ, ਕੀ ਹਾਲ ਹੈ? ਠੀਕ ਹੋ? ਓਕੇ ਓਕੇ। ਆਹ ਰੰਗ ਵਾਲੇ ਵੀ ਬੰਦੇ ਲੱਗੇ ਆ। ਅੱਛਾ ਜੀ। ਹਾਂਜੀ,
ਜਿੱਦਾਂ ਦੇ ਬੰਦੇ ਆ ਲੱਗਦਾ ਰੰਗ ਲਾਉਣਗੇ ਇੱਥੇ ਰੰਗ ਲਾ ਰਹੇ ਆ ਇਹ ਦੇਖ ਲਓ ਤੁਸੀਂ ਆਹ ਕੀ ਹੈ ਜੀ ਬਲੈਕ ਬੋਰਡ ਹੈ ਨਿਆਣਿਆਂ ਦੇ ਪੜ੍ਹਨ ਵਾਸਤੇ ਉਹ ਇੱਥੇ ਐਲ ਈ ਡੀ ਲੱਗਣੀ ਭਾਈ ਇੱਥੇ ਆਹੋ ਜੀ ਤੈਨੂੰ ਵੀ ਕੋਈ ਮਹੀਨਾ ਲੱਗ ਹੀ ਜਾਣਾ ਉੱਥੇ ਕਾ ਕਮਰਾ ਹੋ ਗਿਆ ਇਹ ਗੈਸਟ ਰੂਮ ਆ ਹੈ ਜੀ ਗੈਸਟ ਰੂਮ ਉਹ ਕੀ ਹੁੰਦਾ ਗੈਸਟ ਰੂਮ ਪ੍ਰਾਹੁਣੇ ਆਉਂਦੇ ਤੇਰੇ ਵੱਲ ਪ੍ਰਾਹੁਣੇ ਆਉਂਦੇ ਪ੍ਰਾਹੁਣੇ ਹਾਂ ਜੀ ਉਹਨੂੰ ਕਹਿੰਦੇ ਗੈਸਟ ਰੂਮ ਤੇਰਾ ਤਾਇਆ ਫੁੱਫੜ ਕੋਈ ਵੀ ਮਾਮਾ ਆਵੇ ਇੱਥੇ ਸਵਾਹ ਨੂੰ ਅਤੇ ਆਹ ਕੀ ਆਹ ਕੀ ਆ ਇਹ ਲਮਾਰੀਆਂ ਭਾਈ ਹੈਲੋ ਠਹਿਰ ਜਾ ਵੀਰੇ ਸਮਾਨ ਸਮੂਹ ਰੱਖੀਦਾ ਨਾ ਇਹਦੇ ਵਿੱਚ ਇਹ ਕੱਪੜੇ ਕੁੱਪੜੇ ਲਈ ਨਹੀਂ ਪੁਰਾਣਿਆਂ ਪੁਰਾਣਿਆਂ ਵਾਸਤੇ ਹੀ ਹੈ ਨਾ ਇਹ ਵਾਰਡਰੋਬ ਆ ਪੂਰਾ ਸਾਰਾ ਨਾ ਇਹਦੇ ਵਿੱਚ ਕੋਈ ਰਜ਼ਾਈਆਂ ਨਹੀਂ ਨਾ ਕੰਬਲ ਆ ਨਾ ਕੋਈ ਸਰਾਣੇ ਆ ਇਹਨਾਂ ਦੇ ਵਿੱਚ ਉਹ ਤੂੰ ਲਾਉਣੇ ਆ ਤੈਨੂੰ ਲਾ ਕੇ ਦੇਣੇ ਸੀ ਤੇਰੇ ਕੋਲ ਸਮਾਨ ਜਿਹੜਾ ਹੋਏਗਾ ਇੱਥੇ ਟੰਗੀ ਟੁੰਗੀ ਇੱਧਰ ਆ ਨਹੀਂ ਆਪ ਹੀ ਕਹਿੰਦੇ ਮਹਿਮਾਨ ਮੈਂ ਆ ਵੀ ਭਾਅ ਜੀ ਕਮਰਾ ਵਾ ਉਹ ਅੰਨਾ ਹੋਇਆ ਕਮਰਾ ਇਹ ਵਾਸ਼ਰੂਮ ਆ ਹਾਂਜੀ ਵਾਸ਼ਰੂਮ ਅੱਛਾ ਅਜੇ ਲੱਗਣਾ ਅੰਦਰ ਸ਼ੀਸ਼ਾ ਸ਼ੂਸ਼ਾ ਹਰ ਸ਼ੈ ਲੱਗਣੀ ਹੈ ਇਹ ਬੇਸਨ ਆ ਜੀ ਇਹ ਬੇਸਨ ਆ ਇਹ ਕਮੋਟ ਆ ਇੱਥੇ ਨਹਾਉਣ ਦਾ ਸਿਸਟਮ ਹੋਏਗਾ ਚੰਗਾ ਵਾਸ਼ਰੂਮ ਆ ਲੈਟਰੀਨ ਤਾਂ ਹੈ ਹੀ ਨਹੀਂ ਉਹਨੂੰ ਵਾਸ਼ਰੂਮ ਹੀ ਕਹੀਦਾ ਭਾਈ ਇੱਧਰ ਆ ਜਾ ਉਹ ਹੀ ਹੁੰਦਾ ਵੀਰੇ ਉੱਤੋਂ ਤੈਨੂੰ ਦਿਖਾ ਦਈਏ ਆਹੋ ਦਿਖਾਓ ਜਦੋਂ ਲੈਣਾ ਵਾ ਤਾਂ ਵਿਜ਼ਿਟ ਤਾਂ ਕਰਾਓ ਨਾ ਰਜ਼ੀ ਸਾਹਿਬ ਆਪਣਾ ਮੈਨੂੰ ਵਿਜ਼ਿਟ ਹੀ ਕਰਾ ਰਿਹਾ ਤੈਨੂੰ ਦਿਖਾ ਹੀ ਰਿਹਾ ਤੁਹਾਨੂੰ ਸਲੀਮ ਸਾਹਿਬ ਤੁਹਾਨੂੰ ਪਤਾ ਹੀ ਨਹੀਂ ਚੱਲ ਰਿਹਾ ਕੀ ਚੀਜ਼ ਵੇਖ ਰਹੇ ਹੋ ਕੀ ਨਹੀਂ ਵੇਖ ਰਹੇ ਨਹੀਂ ਵੇਖ ਰਿਹਾ ਮੈਂ ਦੇਖੋ ਜੀ ਜਿਹੜਾ ਉਹ ਖਾਣਾ ਪਿਆਉਣਾ ਨਿਆਣਿਆਂ ਨੂੰ ਕੀ ਹੈ ਜਿੱਥੇ ਹਾਂਡੀ ਰੋਟੀ ਹੁੰਦੀ ਆ ਉਹ ਕਿੱਥੇ ਹੈ ਹਾਂਡੀ ਰੋਟੀ ਹੈਲੋ ਆ ਜਾਓ ਇੱਧਰ ਆ ਜਾਓ ਉਹ ਕਿਚਨ ਹੁੰਦਾ ਭਾਈ ਹਾਂਡੀ ਰੋਟੀ ਉਹ ਵੇਲੇ ਗਏ ਹੁਣ ਹਾਂਡੀ ਰੋਟੀ ਵਾਲੇ ਇਹਨੂੰ ਕਿਚਨ ਕਹਿੰਦੇ ਆ ਵਕਤ ਦੇ ਨਾਲ ਨਾਲ ਚੇਂਜ ਹੋਣਾ ਚਾਹੀਦਾ ਬੰਦੇ ਨੂੰ ਆਹ ਬਣ ਰਿਹਾ ਕਿਚਨ ਸਾਰਾ ਠੀਕ ਆ ਜੀ ਇਹ ਇਹਦੇ ਵਿੱਚ ਕੀ ਹੁੰਦਾ ਵਾ ਕਿਚਨ ਦੇ ਵਿੱਚ ਇੱਥੇ ਚੁੱਲ੍ਹੇ ਲੱਗ ਜਾਣੇ ਭਾਅ ਜੀ ਇੱਥੇ ਬੇਸਨ ਲੱਗ ਜਾਣਾ ਹਾਂਜੀ ਇੱਥੇ ਤੁਸੀਂ ਖਾਣਾ ਪਕਾਉਣਾ ਇੱਥੇ ਭਾਂਡੇ ਧੋ ਕੇ ਤਾਂ ਇਹਨਾਂ ਚੀਜ਼ਾਂ ਦੇ ਵਿੱਚ ਤੁਸੀਂ ਆਪਣਾ ਜੋ ਵੀ ਗਰੋਸਰੀ ਹੁੰਦੀ ਨਾ ਗਰੋਸਰੀ ਉਹ ਰੱਖਣੀ ਹੈ ਉਹ ਕੀ ਲੂਣ ਮਿਰਚਾਂ ਚੀਨੀ ਆਟਾ ਘਿਓ ਉਹ ਤਾਂ ਖਾਲੀ ਪਿਆ ਵਾ ਸਾਰਾ ਕੁਛ ਉਹ ਹਜੇ ਹੁਣੇ ਹੀ ਰੱਖ ਦੇਣ ਤੇਰੇ ਲਈ ਲੂਣ ਮਿਰਚਾਂ ਉਹਨੇ ਤਾਂ ਫਿਰ ਕਿਰਾਇਆ ਨਹੀਂ ਦੇਣਾ ਅਸੀਂ ਸਹੂਲਤਾਂ ਦਾ ਲੂਣ ਮਿਰਚਾਂ ਵਿੱਚ ਰੱਖਣੀਆਂ ਸੀ ਹਾਂ ਸਾਰਾ ਸਹੂਲਤਾਂ ਦਾ ਆਪ ਰੱਖਣੀਆਂ ਤੂੰ ਭਾਈ ਆਓ ਜੀ ਉੱਤੇ ਵੀ ਤੁਹਾਨੂੰ ਵਿਜ਼ਿਟ ਕਰਾ ਦਿੰਦੇ ਕੰਮ ਤਾਂ ਸਹੀ ਆ ਕੀ ਉਹ ਠਹਿਰ ਜਾ ਕਰੰਟ ਨਾ ਪਵਾ ਲਈ ਭਾਈ ਲਾਈਟ ਸ਼ੁਕਰ ਘਰ ਨਹੀਂ ਹੈਗੀ ਇਹ ਕੀ ਇਹ ਬਿਜਲੀ ਘਰ ਆ ਸਾਡੇ ਤਾਂ ਇੱਕ ਹੀ ਮੇਨ ਸੋਚ ਹੁੰਦਾ ਵਾ ਘਰਾਂ 'ਚ ਉਹ ਨਹੀਂ ਨਾ ਭਾਈ ਇਹ ਘਰ ਲੈਵਿਸ਼ ਘਰ ਨੇ ਇਹ ਸਾਰੇ ਜਿਹੜੇ ਨਾ ਫਿਊਜ਼ ਨੇ ਕੋਈ ਚੀਜ਼ ਅੱਗੋਂ ਸਪਾਰਕ ਹੁੰਦੀ ਜਾਂ ਹੁੰਦੀ ਨਾ ਇਹ ਡਿੱਗ ਪੈਂਦਾ ਥੱਲੇ ਇੰਝ ਹੁੰਦਾ ਇਹਦੇ ਅੱਗੇ ਲੱਗ ਜਾਣਾ ਸ਼ੀਸ਼ੇ ਦਾ ਬਕਸਾ ਚਲੋ ਆਓ ਅੱਗੇ ਇੱਥੇ ਆਓ ਉੱਤੇ ਯਾਰ ਮੈਂ ਐਡੀ ਨਾ ਮੇਰਾ ਨਾ ਦਿਲ ਦਾ ਮਸਲਾ ਇੰਨਾ ਨਹੀਂ ਮੈਂ ਪੌੜੀਆਂ 'ਚ ਕੋਈ ਲਿਫਟ ਲੁਫਟ ਨਹੀਂ ਹੈਗੀ ਇਸ ਘਰ 'ਚ ਯਾਰ ਤੈਨੂੰ ਅਸੀਂ ਐਵੇਂ ਲਿਫਟ ਕਰਾ ਦਿੱਤੀ ਮਕਾਨ ਦੀ ਲਿਫਟਾਂ ਲੱਭਦਾ ਫਿਰਦਾ ਕਿੱਥੇ ਰਹਿਣਾ ਤੂੰ ਬੁਰਜ ਖਲੀਫਾ 'ਚ ਰਹਿਣਾ ਤੂੰ ਲਿਫਟ ਮੰਗਣਾ ਨਹੀਂ ਭਾਅ ਜੀ ਸਹੂਲਤਾਂ ਤਾਂ ਹੋਣੀਆਂ ਚਾਹੀਦੀਆਂ ਨਾ ਸਹੂਲਤਾਂ ਪੌੜੀਆਂ ਕਦ ਲਈ ਲਵਾਈਆਂ ਤੇਰੇ ਲਈ ਲਵਾਈਆਂ ਆ ਤਾਂ ਸਹੀ ਉੱਤੇ ਦੇਖ ਤਾਂ ਸਹੀ ਸਹੂਲਤਾਂ ਫਿਰ ਤੁਹਾਨੂੰ ਹਸਪਤਾਲ 'ਚ ਕਰ ਲਿਆ ਆ ਉੱਥੇ ਹੀ ਸਹੂਲਤਾਂ ਲੰਮਾ ਪੈ ਰਿਹਾ ਚੁੱਪ ਕਰਕੇ ਉੱਥੇ ਤੈਨੂੰ ਦਵਾਈ ਦੇ ਦੇਣਗੇ ਉੱਥੇ ਖਾਣਾ ਉੱਥੇ ਹਰ ਸ਼ਾਇਦ ਦੇ ਦੇਣਗੇ ਤੈਨੂੰ ਅਜੇ ਕੰਮ ਹੋ ਰਿਹਾ ਭਾਈ ਇੱਥੇ ਕੀ ਹੋ ਰਿਹਾ ਜੀ ਕਾਹਦਾ ਕੰਮ ਹੋ ਰਿਹਾ ਹੁਣ ਇੱਥੇ ਖੂਬਸੂਰਤੀ ਆ ਆਹ ਥੱਲੇ ਵੀ ਉਂਝਦਾ ਸੀ ਆ ਉੱਤੇ ਵੀ ਉਂਝਦਾ ਸੀ ਉੱਤੇ ਨਹੀਂ ਲੋਕਾਂ ਬਿਜਲੀ ਬਾਲਣੀ ਇਹ ਸਾਰਾ ਕਨੈਕਸ਼ਨ ਹੁੰਦਾ ਆ ਜਾਓ ਅੰਦਰ ਆ ਜਾਓ ਇਹ ਵੀ ਨਾ ਐਲ ਈ ਡੀ ਹੈ ਹਾਂ ਜੀ ਟੀ ਵੀ ਲਾਉਣ ਨਹੀਂ ਜਿਹਨੂੰ ਕਹਿੰਦੇ ਉਹੀ ਹੈ ਅੱਛਾ ਜੀ ਐਲ ਈ ਡੀ ਲਾਉਣ ਕਹਿ ਲਓ ਜਾਂ ਜੋ ਮਰਜ਼ੀ ਉਹ ਓਪਨ ਕਿਚਨ ਬਣ ਜਾਏਗਾ ਇੱਥੇ ਖਲੋ ਕੇ ਤੂੰ ਰੋਟੀ ਖਾ ਸਕਦਾ ਐ ਵੇ ਇੱਥੇ ਹਾਂ ਜੀ ਇੱਥੇ ਖਲੋ ਕੇ ਵੀ ਰੋਟੀ ਖਾ ਸਕਦਾ ਤੂੰ ਇੱਥੋਂ ਤੇਰੀ ਬੁੱਢੀ ਪਕਾਈ ਜਾਏਗੀ ਇੱਥੇ ਖਲੋ ਕੇ ਤੂੰ ਖਾਈ ਜਾਣਾ ਬੱਚੇ ਵੀ ਇੱਥੇ ਖਿਲਾਰ ਲਈ ਨਾਲ ਬੁੱਢੀ ਕਿੱਥੇ ਆ ਉੱਥੇ ਲਿਆਉਣੀ ਨਹੀਂ ਤੂੰ ਨਾਲ ਆਹੋ ਚਲੋ ਵੀ ਉੱਥੇ ਖਲੋ ਕੇ ਤੇ ਚੱਲ ਆ ਜਾ ਭਾਈ ਠੀਕ ਆ ਮਕਾਨ ਤਾਂ ਸਾਰੇ ਲੈਵਲ 'ਚ ਖੜਾਕ ਨਾ ਕਰੀ ਯਾਰ ਮੈਨੂੰ ਖੜਾਕ ਪਸੰਦ ਨਹੀਂ ਹੈਗਾ ਖੜਾਕ ਨਹੀਂ ਕਰਨਾ ਉਹ ਠਹਿਰ ਜਾ ਤੂੰ ਮਾਲਕ ਆ ਉਹਨਾਂ ਨੂੰ ਕੰਮ ਕਰਨ ਦੇ ਖੜਾਕ ਪਸੰਦ ਨਹੀਂ ਤੈਨੂੰ ਐਡਾ ਤੂੰ ਸ਼ਹਿਰੇ ਖਮੋਸ਼ਾਂ 'ਚ ਰਹਿੰਦਾ ਇਹ ਦੇਖੋ ਭਾਅ ਜੀ ਬਾਹਰ ਦਾ ਵਿਊ ਕੈਸਾ ਲੱਗ ਰਿਹਾ ਤੁਹਾਨੂੰ ਇੱਥੇ ਖਲੋ ਕੇ ਇੱਥੋਂ ਬੱਚੇ ਤੇਰੇ ਇੰਝ ਕਰਕੇ ਖਲੋਤੇ ਹੋਣਗੇ ਨਾ ਥੱਲੇ ਲੋਕ ਕਹਿਣਗੇ ਬੱਚੇ ਨੂੰ ਜੇਲ੍ਹ ਹੋਈ ਹੈ
देखो तो सही है बाहर का व्यू कैसा आवे तू है जालियां दे अगे खलोता होएगा चलो तेरे बच्चे आवगे कहे अब्बा असी तेरी जमानत करा लाँगे हेलो घर विखा नहीं व्यू अच्छा है ना व्यू अच्छा है हाँ सही है सामने सारा कुछ नज़र आ रहा वा इत हवा भाजी गल ये भी ठीक है कमरे कुमरे यदा किराया कि होगा जी किराया सही सब 80,000 कि नहीं तेरे लिए भी तेरे लिए यार इन बंद कराओ इन मैं खड़ाक पसंद नहीं इनका बंद करे खड़ाक इन्हें खड़ाक ना तेन की होंगे नहीं 80,000 पसंद 80,000 रुपया किराया 2,00,000 रुपया एडवांस घर तो बहुत अच्छा जी हाँ जी हाँ जी नवा घर बन रहा 0 मीटर बिस्मिल्ला करके लवो तुम किन्ने कमरे है जी ये कुल तकरीबन 5 कमरे पंजा तो भी ज्यादा ही आ समझ टी वी लाउन पाओ बिच इधर उधर जो उत्ते भी बने स्टोर भी है एक फालतू चीज़ उन सुटी जाओ खुली डुली छत भी छत भी आते पांच कमरे कहना तेन छत भी दिखाने बहर हाल तू ऐ देख ला पांच कमरे 80,000 रुपया हाँ जी हाँ जी 2,00,000 रुपया एडवांस हाँ जी 80,000 पांच कमर के तकसीम करो किन्ने होंगे की कमरा मतलब वैसे मैं हिसाब लो आ रहा वहाँ 80,000 पांच तकसीम करो किन्ने बनते चार 17,000 बनता 17,000 रुपया फी कमरा पैना उस हिसाब ना हाँ ताडे हिसाब हाँ जी हाँ जी तो तुम इंज करो भी छोटी जी तो मेरी फैमिली है मैं सारा की करना लैके तुम एक मैं 17,000 का कमरा दवो मेरी छोटी जी फैमिली है मैं उस आप ही रह लाँगा यार एक क्वार्टर है तेन कमरा दे दिया तेन भूकिया तू मैं अगो भी खुला कमरा वहाओ मैं घर वहाओ वधिया जिहा भाई 80,000 रुपया वा गल यह भी तू कि इस गल एडजस्ट तो मैं ही करनी ना अपनी कमरा एक कमरा देता कोई तू सीधा क्या उसका तेन गाजियाबाद लै दें या उधर दूजे पास तेन धर्मपुरे वाली साइड तक यार जो स्थान उदो तू कहना सामने पार्क भी हो मुंडा मेरा क्रिकेट खेलता हवादार कमरे होन तो ये हो भाई सहूलत तो फिर लैनिया ही है ना जो असं पैसे खर्चने 17,000 कड़ियाँ सहूलत लभदियाँ भाई एक कमरा दवो वे मैं किचन कुचन आपे एक चुल्हा वा सा रख लेना जी एक बार तू बचे ना कोई शरारत कर किसी को चपेड़ा मार पूरी फैमिली हवालात रख उ तेन सहूलत होएगी चल मेरा भरा सा टाइम जाया करता